ਭਾਂਬੜ ਦੀ ਇਸ ਦੁਨੀਆ ਦੇ ਵਿੱਚ ਦੇਵੀ ਮਖਸੂਸਪੂਰੀ ਜੀ ਦਾ ਗੀਤ ਅਜਿਹੇ ਨੇ ਜਿਹੜੇ ਇੱਕ ਦੀਵੇ ਵਾਂਗ ਨੇ ਤੇ ਜਦੋਂ ਤੁਸੀਂ ਚਿੰਤਨ ਕਰਨਾ ਹੁੰਦਾ ਉਦੋਂ ਫਿਰ ਭਾਂਬੜ ਦੀ ਨਹੀਂ ਉਦੋਂ ਦੀਵੇ ਦੀ ਲੋੜ ਹੁੰਦੀ ਹੈ ਲੋਕ ਕਈ ਐਸੇ ਮਿਲਦੇ ਨੇ ਜਿਨ੍ਹਾਂ ਦਾ ਹਿਸਾਬ ਨਹੀਂ ਆਉਂਦਾ ਹਮ ਸਵਾਲ ਕਈ ਐਸੇ ਮਿਲਦੇ ਨੇ ਜਿਨ੍ਹਾਂ ਦਾ ਜਵਾਬ ਨਹੀਂ ਆਉਂਦਾ ਹਮ ਕੁਝ ਸਵਾਲ ਨੇ ਐਸੇ ਜੋ ਪਰੇਸ਼ਾਨ ਕਰਦੇ ਨੇ ਹਮ ਖਿਆਲ ਕਈ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਸ਼ਬਦ ਨਹੀਂ ਮਿਲਦੇ ਖਿਆਲ ਕਈ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਸ਼ਬਦ ਨਹੀਂ ਮਿਲਦੇ ਰਿਸ਼ਤੇ ਕਈ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਨਾਮ ਨਹੀਂ ਮਿਲਦਾ ਕਿ ਜਿਨ੍ਹਾਂ ਦੇ ਸਿਰਫ ਪੁੱਤ ਨੇ ਗੱਲਾਂ ਕਿਉਂ ਕਰਾਰੀਆਂ ਆਖਣ ਜਿਨ੍ਹਾਂ ਦੇ ਸਿਰਫ ਧੀਆਂ ਉਹਨਾਂ ਨੂੰ ਵਿਚਾਰੀਆਂ ਆਖਣ ਗੀਤ ਦਾ ਮੁਖੜਾ ਆਉਂਦਾ ਜੀ ਮੁਖੜਾ ਪੌਪੂਲਰ ਹੋ ਜਾਂਦਾ ਫਿਰ ਨਾ ਬੰਦਾ ਬਾਕੀ ਦਾ ਗੀਤ ਧਿਆਨ ਨਾਲ ਨਹੀਂ ਸੁਣਦਾ ਇੱਕ ਗੱਲ ਹੁੰਦੀ ਹੈ ਵੀ ਚੰਗਾ ਗੀਤ ਲਿਖਣਾ ਵਧੀਆ ਗੀਤ ਲਿਖਣਾ ਦੂਜੀ ਗੱਲ ਹੁੰਦੀ ਸਾਰਾ ਗੀਤ ਵਧੀਆ ਲਿਖਣਾ ਹੁਣ ਇਹਨੂੰ ਬਾਜ਼ਾਰ 'ਚ ਦੇਖਿਆ ਮੇਰਾ ਜੀ ਕਰਦਾ ਆਪਣੀਆਂ ਅੱਖਾਂ ਕੱਢ ਕੇ ਤੈਨੂੰ ਭੇਜ ਦਿਆਂ ਇੱਕ ਵਾਰ ਹੈ ਉੱਥੇ ਜਾਣਾ ਉਹ ਜਿਹੜੇ ਮੁਲਕ ਵਿਆਹੀ ਦੇਵੀਪਾਰੀ ਤੁਹਾਡੇ ਲਫ਼ਜ਼ਾਂ ਦਾ ਤੁਹਾਡੀ ਗੱਲਬਾਤ ਦਾ ਜਿਹੜਾ ਇੱਕ ਪ੍ਰਭਾਵ ਹੈ ਜਿਹੜੀ ਤੁਹਾਡੀ ਸ਼ਾਇਰੀ ਦੇ ਵਿੱਚ ਉਹ ਸਿੰਪਲੀਸਿਟੀ ਵੀ ਹੈ ਤੇ ਉਹਦੇ ਵਿੱਚ ਉਹ ਸਾਦਗੀ ਦੇ ਨਾਲ ਨਾਲ ਸਾਰਥਕਤਾ ਵੀ ਆ ਤੁਸੀਂ ਉਹਨੂੰ ਬੜੇ ਲੰਬੇ ਸਮੇਂ ਤੋਂ ਬਰਕਰਾਰ ਕਰਕੇ ਰੱਖਿਆ ਹੋਇਆ ਬੜੀ ਵੱਡੀ ਗਿਣਤੀ ਆ ਤੁਹਾਡੇ ਫੈਨਸ ਦੀ ਜੀ ਜਿਹੜੇ ਕਿ ਅੱਛਾ ਤੁਹਾਡੇ ਗੀਤਾਂ ਦੀ ਸਭ ਤੋਂ ਵੱਡੀ ਬੰਨ ਚੰਗੀ ਗੱਲ ਪਤਾ ਕੀ ਲੱਗਦੀ ਆ ਅੱਜ ਕੱਲ੍ਹ ਹੁੰਦਾ ਕੀ ਪਿਆ ਚਲੋ ਅੱਜ ਕੱਲ੍ਹ ਦੇ ਗੀਤਾਂ ਦੀ ਗੱਲਬਾਤ ਚ ਕਰੀਏ ਗੀਤ ਦਾ ਮੁਖੜਾ ਹੁੰਦਾ ਜੀ ਮੁਖੜਾ ਪਪੂਲਰ ਹੋ ਜਾਂਦਾ ਫਿਰ ਨਾ ਬੰਦਾ ਬਾਕੀ ਦਾ ਗੀਤ ਧਿਆਨ ਨਾਲ ਨਹੀਂ ਸੁਣਦਾ ਕਿਉਂਕਿ ਤੁਹਾਡਾ ਜਿਹੜਾ ਜ਼ਹਿਨ ਦੇ ਵਿੱਚ ਮੁਖੜਾ ਹੀ ਰਿਪੀਟ ਹੁੰਦਾ ਰਹਿੰਦਾ ਵੀ ਠੀਕ ਆ ਵੀ ਆਹੀ ਹੈਗੀ ਹੈ ਮੇਨ 70 ਗਾਣੇ ਦੀ ਜੀ ਜੀ ਤੁਹਾਡੇ ਗੀਤਾਂ ਦੀ ਖੂਬਸੂਰਤੀ ਇਹ ਹੈ ਕਿ ਤੁਸੀਂ ਗੀਤ ਸੁਣ ਰਹੇ ਹੋ ਫਿਰ ਇਨ ਬਿਟਵੀਨ ਦੂਜੇ ਤੀਜੇ ਸਟੈਂਜ਼ੇ ਜਾ ਕੇ ਹਰ ਇੱਕ ਲਾਈਨ ਦਾ ਅਰਥ ਹੈ ਪਰ ਕਿਤੇ ਨਾ ਕਿਤੇ ਕੋਈ ਅਜਿਹੀ ਵਾਇਹਾ ਵਾਕ ਆ ਜਾਣਾ ਉਹ ਆਪਣੇ ਆਪ ਦੇ ਵਿੱਚ ਮੁਕੰਮਲ ਥਾਟ ਆ ਕਿ ਉਹਨਾਂ ਨੇ ਕੀ ਖੇੜਨਾ ਜਿਹੜੇ ਪੈਰਾਂ ਹੇਠ ਮਧੋਲੇ ਗਏ ਉਹ ਇੱਕਦਮ ਗਾਣੇ ਦੇ ਵਿੱਚ ਇੱਕ ਲਾਈਨ ਆਉਂਦੀ ਆ ਉਹ ਗਾਣਾ ਆਪਣੇ ਆਪ ਦੇ ਵੀ ਬੜਾ ਮਕਬੂਲ ਆ ਕਿ ਦਿਲ ਮੇਰਾ ਕਿੰਨਾ ਕਮਣਾ ਹੱਲੇ ਵੀ ਉੱਥੇ ਜਾਣਾ ਬਿਲਕੁਲ ਬਿਲਕੁਲ ਸੋ ਇਹ ਜਿਹੜੀ ਲੇਖਣੀ ਆ ਜੀ ਇਹਦੀ ਇਹ ਸਾਦਗੀ ਤੇ ਇਹਦੀ ਇਹ ਪਰਪੱਕਤਾ ਕਿਵੇਂ ਬਰਕਰਾਰ ਰੱਖਦੇ ਹੋ ਇਹ ਮੈਂ ਵੀਰ ਜੀ ਮੇਰੇ ਹਿਸਾਬ ਨਾਲ ਤਾਂ ਇਹ ਚੰਗਾ ਸੁਣਨਾ ਚੰਗਾ ਪੜ੍ਹਨਾ ਚੰਗਿਆਂ ਦੀ ਸੰਗਤ ਕਰਨੀ ਮਤਲਬ ਜਿਹੜੇ ਬਹੁਤ ਵੱਡੇ ਲੋਕੀ ਹੋਏ ਆ ਹਨਾ ਜਿਹੜੇ ਹੁਣ ਵੀ ਹੈਗੇ ਆ ਜਿਹਨੇ ਬਹੁਤ ਵੱਡਾ ਕੰਮ ਕੀਤਾ ਲਿਟਰੇਚਰ ਵਿੱਚ ਹਨਾ ਤੇ ਉਹਨਾਂ ਦੀ ਸੰਗਤ ਉਹਨਾਂ ਵਿੱਚ ਰਹਿ ਕੇ ਮਨ 'ਚ ਆਪਾਂ ਸੋਚਦੇ ਮੈਂ ਯਾਰ ਕਾਸ਼ ਅਸੀਂ ਵੀ ਕਿਤੇ ਇਹਨਾਂ ਵਰਗਾ ਕੰਮ ਕਰ ਸਕਦੇ ਜਾਂ ਇਹਨਾਂ ਦੇ ਕਿਸੇ ਨੇੜੇ-ਤੇੜੇ ਵੀ ਪਹੁੰਚ ਸਕੀਏ ਹਨਾ ਜੀ ਤੇ ਇੱਕ ਵਾਰ ਮੈਨੂੰ ਬਹੁਤ ਯਾਦ ਹੈ ਬਹੁਤ ਪੁਰਾਣੀ ਗੱਲ ਹੈ ਨਵਾਂ-ਨਵਾਂ ਗਾਣੇ ਲਿਖਣ ਲੱਗਾ ਸੀ ਸੁਨੀਲਾ ਸਾਹਿਬ ਮੈਂ ਉਹਨਾਂ ਨੂੰ ਆਪਣੇ ਕਹਿੰਨਾ ਉਹਨਾਂ ਕੋ ਮੇਰੇ ਉਹ ਮੈਂਟਰ ਜਿਹਾ ਮੈਨੂੰ ਇਸ ਫੀਲਡ ਵਿੱਚ ਉਹ ਉਂਗਲ ਫੜ ਕੇ ਲੈ ਕੇ ਆਏ ਸੀਗਾ ਤਾਂ ਦਦਾਰ ਭਾਜੀ ਕੋਲ ਬੈਠੇ ਸੀ ਦਦਾਰ ਸੰਤੂ ਸਾਹਿਬ ਕੋਲ ਬੜੀ ਪੁਰਾਣੀ ਗੱਲ ਹੈ ਤਾਂ ਉਹਨਾਂ ਨੇ ਕੋਈ ਗੱਲ ਦਾ ਗੱਲ ਚੱਲੀ ਤਾਂ ਗੀਤਕਾਰੀ ਦੀ ਗੱਲ ਚੱਲਦੀ ਸੀ ਜੀ ਦਦਾਰ ਸੰਧੂ ਬਾਜ ਨੇ ਕਿਹਾ ਕਹਿੰਦੇ ਸੁਨੀਲੇ ਕਹਿੰਦੇ ਦੋ ਗੱਲਾਂ ਹੁੰਦੀਆਂ ਇੱਕ ਗੱਲ ਹੁੰਦੀ ਹੈ ਵੀ ਚੰਗਾ ਗੀਤ ਲਿਖਣਾ ਵਧੀਆ ਗੀਤ ਲਿਖਣਾ ਦੂਜੀ ਗੱਲ ਹੁੰਦੀ ਸਾਰਾ ਗੀਤ ਵਧੀਆ ਲਿਖਣਾ ਹਾਂ ਯੈਸ 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 ਉਹ ਬੜੀ ਜ਼ਹਿਨ ਚਟਕੀ ਮੈਂ ਯਾਰ ਹੁਣ ਕਿੱਦਾਂ ਉਹਨੇ ਕੰਮ ਕੀਤਾ ਕਿ ਐਸੀਆਂ ਤਸ਼ਬੀਹਾਂ ਪਿੰਡੂ ਜ਼ਿੰਦਗੀ ਦੀਆਂ ਦਦਾਰ ਸੰਧੂ ਸਾਹਿਬ ਨੇ ਜਿਹੜੀਆਂ ਕੀਤੀਆਂ ਅਮੇਜ਼ਿੰਗ ਹੈ ਨਾ ਜੀ ਤਾਂ ਮੈਂ ਕਿਹਾ ਯਾਰ ਬੜੀ ਕਮਾਲ ਦੀ ਗੱਲ ਇਹ ਹੈ ਵੀ ਜਦੋਂ ਤੁਸੀਂ ਗੀਤ ਸ਼ੁਰੂ ਕਰ ਲਿਆ ਜਦ ਤੱਕ ਮੁੱਕਦਾ ਨਹੀਂ ਵੀ ਉਹ ਚ ਇਸ ਤਰ੍ਹਾਂ ਹੋਵੇ ਨਾ ਜੀ ਰਿਚ ਹੋਵੇ ਕੰਟੈਂਟ ਹਾਂ ਬਿਲਕੁਲ ਉਹ ਛੋਟੀ ਉਮਰ ਹੈ ਜਦੋਂ ਕਿਤੇ ਗੱਲ ਬੜਾ ਐਡੇ ਲੈਜੈਂਡ ਬੰਦੇ ਨਾ ਤੋਂ ਇਹੀ ਆ ਮਤਲਬ ਤੁਹਾਡੀ ਜਿਹੜੀ ਸੰਗਤ ਹੈ ਮਤਲਬ ਗੁਣੀ ਲੋਕਾਂ ਦੀ ਨਾ ਮੈਨੂੰ ਲੱਗਦਾ ਉਹੋ ਫਰਕ ਪੈਂਦਾ ਤੁਹਾਨੂੰ ਤੁਸੀਂ ਕਿਤੇ ਨਾ ਕਿਤੇ ਸੁਚੇਤ ਅਚੇਤ ਮਨ ਨਾਲ ਉਸ ਚੀਜ਼ ਨੂੰ ਕਾਲੂ ਕਰਦੇ ਮੇਰੇ ਸਾਹਬ ਨੇ ਅੱਛਾ ਜਦੋਂ ਤੁਸੀਂ ਨਾ ਬਹੁਤ ਢਾਰ ਬਦਲ ਦੇ ਵੇਖੇ ਨੇ ਤੇ ਕਿਉਂਕਿ ਉਹ ਵਾਲਾ ਸਮਾਂ ਜਦੋਂ ਖਾੜੇ ਲੱਗਦੇ ਸੀ ਜੀ ਫਿਰ ਜਿਹੜੀਆਂ ਕੈਸਟਾਂ ਹਨਾ ਇਹ ਸਾਈਡ ਬੀ ਸਾਈਡ ਹਨਾ ਤੇ ਉਹ ਇਹ ਸਾਈਡ ਦਾ ਗਾਣਾ ਪਹਿਲਾਂ ਕਿਹੜਾ ਹੋਊ ਬੀ ਸਾਈਡ ਦਾ ਪਹਿਲਾਂ ਕਿਹੜਾ ਹੋਵੇ ਬੜੇ ਇੰਪੋਰਟੈਂਟ ਡਿਸੀਜਨ ਹੁੰਦੇ ਸੀ ਇਹ ਜੀ ਜੀ ਸਹੀ ਗੱਲ ਤੇ ਉਹਦੇ ਨਾਲ ਫਿਰ ਅੱਗੇ ਸੀਰੀਜ਼ ਦਾ ਦੌਰ ਆਇਆ ਫਿਰ ਹੁਣ ਤਾਂ ਸਟ੍ਰੀਮਿੰਗ ਤੇ ਅਸੀਂ ਆ ਗਏ ਹਾਂ ਡਿਜੀਟਲ ਦੌਰ ਆ ਗਿਆ ਬਿਲਕੁਲ ਖਾੜੇ ਕਨਸਰਟਸ ਦੇ ਵਿੱਚ ਬਦਲ ਗਏ ਪ੍ਰੋਡਕਸ਼ਨ ਵੈਲਿਊਜ਼ ਕਿਤੇ ਜ਼ਿਆਦਾ ਵੱਧ ਗਈਆਂ ਜੀ ਸਰ ਸਹੀ ਗੱਲ ਇਹ ਸਾਰੇ ਦੌਰ ਦੇ ਵਿੱਚੋਂ ਜਿਹੜੀ ਇੱਕ ਕਿਹੜੀ ਅਜੇ ਵੀ ਚੀਜ਼ ਤੁਹਾਨੂੰ ਅਜੇ ਹੀ ਲੱਗਦੀ ਆ ਜਿਹੜੀ ਕਿ ਪੰਜਾਬੀ ਸਰੋਤਿਆਂ ਦੀ ਜਿਹੜੀ ਇੱਕ ਸਾਇਕਾ ਜਿਹੜੀ ਅਜੇ ਵੀ ਉਹ ਨਹੀਂ ਬਦਲੀ ਕਿਉਂਕਿ ਹੋਰ ਬਹੁਤ ਕੁਝ ਚੇਂਜ ਹੁੰਦਾ ਰਹਿੰਦਾ ਉਹ ਕਿਹੜੀ ਚੀਜ਼ ਆ ਜਿਹੜੀ ਇੱਕ ਸਥਾਈ ਤੌਰ ਤੇ ਇੱਕ ਖਿੱਚ ਦਾ ਕੇਂਦਰ ਰਹੀ ਆ ਪੰਜਾਬੀ ਸਰੋਤੇ ਲਈ ਮੇਰੇ ਹਿਸਾਬ ਨਾਲ ਮੈਨੂੰ ਵੀ ਇਹ ਲੱਗਦਾ ਕਿ ਜਿਹੜੀ ਸੁਣਨ ਦੀ ਭੁੱਖ ਆ ਨਾ ਹੂੰ ਇਹ ਇਹੇ ਬਰਕਰਾਰ ਆ ਹਲੇ ਹੂੰ ਔਰ ਬੜਾ ਮਤਲਬ ਨਾ ਹੁੰਦਾ ਕਿ ਇਹ ਹਰ ਵਰਗ ਦਾ ਜੇ ਸਰੋਤਾ ਤੁਹਾਨੂੰ ਪਸੰਦ ਕਰੇ ਤੁਹਾਨੂੰ ਸੁਣੇ ਤੁਹਾਨੂੰ ਚਾਵੇ ਹੈ ਨਾ ਜੀ ਤੇ ਜਿਹਦਾ ਅਕਸਰ ਸਾਹਿਬ ਦੀ ਬਹੁਤ ਪੁਰਾਣੀ ਗੱਲ ਸੁਣੀ ਹੋਣੀ ਬੜੀ ਮਸ਼ਹੂਰ ਹੈ ਅਲੀ ਸਰਦਾਰ জাফর ਜੂਨੀ ਕਿਤੇ ਕਿਹਾ ਸਾਹਿਬ ਨੂੰ ਕਹਿੰਦਾ ਯਾਰ ਤੂੰ ਬਹੁਤਾ ਹੁਬਿਆ ਨਾ ਕਰ ਤੇਰੀ ਕੋਈ ਵੱਡੀ ਗੱਲ ਨਹੀਂ ਤੈਨੂੰ ਕਾਲਜਾਂ ਦੇ ਮੁੰਡੇ ਕੁੜੀਆਂ ਸੁਣਦੇ ਆ ਯੂਨੀਵਰਸਿਟੀ ਨੂੰ ਕੋਈ ਐਡੀ ਗੱਲ ਨਹੀਂ ਉਸੇ ਕਿਤਾ ਦੋਸਤ ਆਪਸ ਵਿੱਚ ਉਹ ਕਹਿੰਦੇ ਵੀ ਅਲੀ ਤੂੰ ਇਹ ਤਾਂ ਮੰਨਦਾ ਕਿ ਜਨਚਰ ਧਰਤੀ ਰਹਿਣੀ ਆ ਇੱਥੇ ਯੂਨੀਵਰਸਿਟੀ ਕਾਲਜ ਰਹਿਣੇ ਕਹਿੰਦਾ ਹਾਂ ਰਹਿਣੇ ਆ ਔਰ ਹਮੇਸ਼ਾ ਕਹਿੰਦਾ ਨਵੇਂ ਮੁੰਡੇ ਕੁੜੀਆਂ ਆਉਂਦੇ ਰਹਿਣੇ ਸਟੂਡੈਂਟ ਕਹਿੰਦਾ ਆਉਂਦੇ ਰਹਿਣੇ ਆ ਕਹਿੰਦਾ ਇਸ ਕਰਕੇ ਮੈਂ ਹਰੇਕ ਦੌਰ ਚ ਪੜਿਆ ਜਾਊਂਗਾ ਹਾਂ ਜੀ ਵੱਡਿਆਂ ਦੀ ਮਤਲਬ ਕਿ ਕਿੰਦੀ ਬਰੀਕ ਗੱਲ ਆ ਠੀਕ ਆ ਮੈਨੂੰ ਯੂਥ ਹੀ ਸੁਣਦਾ ਪਰ ਯੂਥ ਤਾਂ ਹਮੇਸ਼ਾ ਰਹਿਣਾ ਜੀ ਬਿਲਕੁਲ ਜਦ ਕਿ ਜਦ ਕਿ ਉਹ ਤਾਂ ਮਤਲਬ ਉਹਨਾਂ ਨੇ ਜੋ ਲਿਖਿਆ ਅਮੇਜ਼ਿੰਗ ਆ ਜੋ ਉਹਨਾਂ ਦੀ ਤਸਵੁਰਾਤ ਕੀ ਪਰਛਾਈਆਂ ਉਬਰਦੀਆਂ ਉਹਦੀ ਨਜ਼ਮ ਨਾਲ ਮੁਕਾਬਲੇ ਨਹੀਂ ਦੁਨੀਆ 'ਚ ਹਣਾ ਜੀ ਤੇ ਇਹ ਚੀਜ਼ਾਂ ਫਿਰ ਸਾਡੇ ਵੀ ਰਹਿੰਦਾ ਬਈ ਯਾਰ ਹਰ ਵਰਗ ਦਾ ਯੂਥ ਸਾਰੇ ਅਲੱਗ- ਰੱਖਣ ਵਾਲੇ ਜਿਹੜੇ ਉਹ ਸਾਨੂੰ ਜੇ ਸੁਣਦੇ ਆ ਪਸੰਦ ਕਰਦੇ ਥੋੜਾ ਬਹੁਤਾ ਤਾਂ ਉਹ ਕੋਸ਼ਿਸ਼ ਵੀ ਇਹੀ ਹੁੰਦੀ ਹੈ ਜੀ ਤੇ ਗੱਲ ਫਿਰ ਉੱਥੇ ਆ ਕੇ ਮੁੱਕ ਜਾਂਦੀ ਵੀ ਚੰਗਾ ਲਿਟਰੇਚਰ ਪੜਿਆ ਚੰਗੇ ਦੀ ਸੰਗਤ ਕੀਤੀ ਜੋ ਚੀਜ਼ਾਂ ਕੋਈ ਨਾ ਕੋਈ ਪਰ ਇਹ ਹਮੇਸ਼ਾ ਚੰਗਾ ਲੱਗਦਾ ਜਿਹੜਾ ਚੰਗਾ ਸੁਣਨ ਦੀ ਭੁੱਖ ਹੈ ਨਾ ਉਹ ਬਰਕਰਾਰ ਆ ਉਹ ਮਾਲਕ ਬਰਕਰਾਰ ਰੱਖੇ ਹਮੇਸ਼ਾ ਜੋ ਤੁਸੀਂ ਅਲੱਗ ਕੋਈ ਗੱਲ ਲਿਖਦੇ ਆ ਜਿੰਨੇ ਹੁਣ ਨਵੇਂ ਆਰਟਿਸਟ ਵੀ ਆਉਂਦੇ ਕਿੰਨਾ ਬੜਾ ਅੱਛਾ ਅੱਛਾ ਲਿਖਣ ਵਾਲੇ ਹੈ ਨਾ ਆਰ ਆਰ ਅਲੱਗ-ਅਲੱਗ ਥਾਟ ਲੈ ਕੇ ਰੇ ਅਲੱਗ-ਅਲੱਗ ਸਟਾਈਲ ਗੀਤਕਾਰੀ ਦਾ ਹੋ ਗਿਆ ਨਾ ਜੀ ਬਈ ਜਿਹੜੇ ਉਹ ਉਰਮਾਂ ਸਿਆ ਟ੍ਰੈਜੀਕ ਗੱਲਾਂ ਆ ਵੀਰ ਰਸ ਆ ਕੋਈ ਵੀ ਰਸ ਆ ਉਹਨੂੰ ਇਕਦਮ ਭੱਜ ਕੇ ਸਾਰੇ ਸਰੋਤੇ ਸੁਣਦੇ ਆ ਨਾ ਜਿਹੜੀ ਗੀਤਾਂ ਦੇ ਵਿੱਚ ਨਾ ਇੱਕ ਤਬਦੀਲੀ ਆਈ ਜੇ ਅਸੀਂ ਐਨ ਆਰ ਆਈ ਪਰਸਪੈਕਟਿਵ ਤੋਂ ਵੇਖੀਏ ਬੜਾ ਲੰਬਾ ਸਮਾਂ ਇੱਕ ਟਰੈਂਡ ਗੀਤਾਂ ਚ ਇਹ ਰਿਹਾ ਵੀ ਜਿਹੜਾ ਇੱਕ ਵਿਅਕਤੀ ਬਾਹਰ ਆ ਗਿਆ ਫਿਰ ਉਹਨੂੰ ਘਰ ਦਾ ਚੇਤਾ ਆਉਂਦਾ ਉਹਨੂੰ ਪਰਿਵਾਰ ਚੇਤਾ ਆਉਂਦਾ ਉਹਨੂੰ ਪਿੰਡ ਯਾਦ ਆਉਂਦਾ ਫਿਰ ਉਹਦਾ ਸੁਪਨਾ ਹੁੰਦਾ ਮੈਂ ਵਾਪਸ ਜਾਣਾ ਤੇ ਮੈਂ ਵਾਪਸ ਜਾ ਕੇ ਫਿਰ ਉੱਥੇ ਆਪਣੇ ਪਰਿਵਾਰ ਨਾਲ ਮੁੜ ਤੁਰਾਂ ਪਰ ਕਿਉਂਕਿ ਜਿਵੇਂ ਜਿਵੇਂ ਇਮੀਗ੍ਰੇਸ਼ਨ ਪੈਟਰਨ ਚੇਂਜ ਹੋਏ ਹੁਣ ਪਰਵਾਦੇ ਪਰਿਵਾਰ ਇਕੱਠੇ ਆਉਂਦੇ ਨੇ ਹੁਣ ਟੀਚਾ ਸਗੋ ਬਾਪੂ ਨੂੰ ਇੱਥੇ ਲੈ ਕੇ ਆਉਣਾ ਜੀ ਬਿਲਕੁਲ ਸੋ ਉਹਦੇ ਨਾਲ ਉਹਦਾ ਅਸਰ ਗੀਤਕਾਰੀ ਦੇ ਉੱਪਰ ਵੀ ਉਹ ਸਾਰੇ ਪ੍ਰਭਾਵ ਨਾਲ ਦੀ ਨਾਲ ਦੇਖਣ ਨੂੰ ਮਿਲ ਰਹੇ ਨੇ ਬਿਲਕੁਲ ਇੱਕ ਇਹ ਗੱਲ ਜ਼ਰੂਰ ਦੱਸਿਓ ਦੇਬੀ ਜੀ ਜਦੋਂ ਤੁਸੀਂ ਦੇਖੋ ਐਜ਼ ਅ ਗੀਤਕਾਰ ਸ਼ੁਰੂਆਤ ਕੀਤੀ ਫਿਰ ਤੁਸੀਂ ਬਹੁਤ ਮਕਬੂਲ ਬੜੇ ਜਿਹੜੇ ਚੋਟੀ ਦੇ ਕਲਾਕਾਰ ਮਾਨਕ ਸਾਹਿਬ ਸ਼ਿੰਦਾ ਸਾਹਿਬ ਉਹਨਾਂ ਨੇ ਤੁਹਾਡੇ ਲਿਖੇ ਗੀਤ ਗਾਏ ਹੰਸ ਰਾਜ ਹੰਸ ਨੇ ਤੁਹਾਡੇ ਲਿਖੇ ਗੀਤ ਗਾਏ ਫਿਰ ਤੁਸੀਂ ਖੁਦ ਐਜ਼ ਅ ਗਾਇਕ ਜਦੋਂ ਤੁਸੀਂ ਆਏ ਤੇ ਤੁਹਾਨੂੰ ਬਹੁਤ ਮਕਬੂਲੀਅਤ ਬਹੁਤ ਪਿਆਰ ਦਿੱਤਾ ਸਰੋਤਿਆਂ ਨੇ ਜਿਹੜਾ ਦੇਬੀ ਲਾਈਵ ਜੀ ਜਿਹੜਾ ਉਹ ਵਾਲਾ ਐਲੀਮੈਂਟ ਸੀ ਜਿਹੜੀ ਤੁਸੀਂ ਉਹ ਸ਼ੁਰੂਆਤ ਕੀਤੀ अर्ली 2000s ਦੀ ਗੱਲ ਆ ਇਹ ਜੀ ਸਰ ਬਿਲਕੁਲ 2001-02 ਦੀ ਗੱਲ ਹੈ 2001-02 ਦੀ ਗੱਲ ਆ ਉਦੋਂ ਤੱਕ ਉਸ ਤਰ੍ਹਾਂ ਦਾ ਕੰਮ ਕਿਸੇ ਨੇ ਕੀਤਾ ਨਹੀਂ ਸੀ ਜਾਂ ਮੁਸ਼ਹਰੇ ਹੁੰਦੇ ਸੀ ਜੀ ਕਵੀ ਦਰਬਾਰ ਜਾਂਦੇ ਸੀ ਜਾਂ ਕਵੀ ਦਰਬਾਰ ਹੁੰਦੇ ਸੀ ਜਾਂ ਫਿਰ ਅ 쇼 ਹੁੰਦਾ ਸੀ ਕਾਨਸਰਟ ਹੁੰਦਾ ਸੀ ਪਰ ਇਹ ਸਾਰਿਆਂ ਦਾ ਇੱਕ ਤਰ੍ਹਾਂ ਦਾ ਨਾਲ ਇੱਕ ਬੜਾ ਵਧੀਆ ਮਿਸ਼ਰਣ ਸੀਗਾ ਜੀ ਜੀ ਤੇ ਦੇਵੀ ਲਾਈਵ ਦਾ ਆਈਡੀਆ ਕਿਵੇਂ ਆਇਆ ਸੀ ਬਿਲਕੁਲ ਜੀ ਮੈਂ ਉਹ ਦੱਸੀ ਇੱਕ ਪਹਿਲਾਂ ਗੱਲ ਦੱਸ ਦਿਆਂ ਵੀ ਅੱਜ ਤੱਕ ਜਿੰਨੀਆਂ ਦੇਵੀ ਲਾਈਵ ਇੰਡੀਆ 'ਚ ਹੋਈਆਂ ਹਾਂ ਹਾਂ ਤੇ ਐਤ ਕੀ ਮਾਲਕ ਦੀ ਕਿਰਪਾ ਨਾਲ ਟੋਰ ਹੂੰ ਸਾਡੀ ਟ੍ਰਾਂਟੋ ਦੀ ਟੀਮ ਹੈ ਨਾ ਜਿਹੜੇ ਸਾਡੇ ਮੇਨ ਪ੍ਰੋਮੋਟਰ ਆ ਪੁਆਇੰਟ 0 ਵਾਲੇ ਉੱਤੇ ਆਪਣੇ ਮਾਰਕਟ ਸਾਹਿਬ ਛੋਟੂ ਵੱਡੂ ਦੀ ਟੀਮ ਤਾਂ ਉਹ 2-3 ਸਾਲ ਤੋਂ ਪਲਾਨ ਕਰਦੇ ਸੀ ਕਹਿੰਦੇ ਯਾਰ ਤੁਸੀਂ ਹਮੇਸ਼ਾ ਇੰਡੀਆ ਕਰਦੇ ਬੈਠੇ ਕਿ ਇੱਥੇ ਕਰੀਏ ਉਹ ਪ੍ਰਬੰਧ ਉਹ ਨਹੀਂ ਕੀਤਾ ਜੀ ਹੁਣ 8 ਅਕਤੂਬਰ ਨੂੰ ਦੇਬੀ ਲਾਈਵ 8 ਤੇ ਇੱਥੇ ਟ੍ਰਾਂਟੋ ਹੋ ਰਹੀ ਹੈ ਜੀ ਮਿਸਿਸਾਕਲ ਅੱਛਾ ਜੀ 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 ਤੇ ਪਲੱਸ ਉਹ ਜਿਹੜਾ ਉਹ ਅਕਸਰ ਮੈਂ ਕਾਫੀ ਵਾਰ ਜ਼ਿਕਰ ਕਰਦਾ ਹੁੰਨਾ ਜੀ ਕਿ ਜਦੋਂ ਲਿਖਣਾ ਸ਼ੁਰੂ ਕੀਤਾ ਸੀ ਨਾ ਹੂੰ ਜਦੋਂ ਗਾਣਾ ਲਿਖ ਲੈਣਾ ਠੀਕ ਹੈ ਫਿਰ ਲੱਗਣਾ ਬਈ ਥਾਟ ਕੁਝ ਬਚ ਗਿਆ ਕੀ ਅਲੇ ਅਜੇ ਕੁਝ ਹੋਰ ਲਿਖਿਆ ਜਾ ਸਕਦਾ ਗਾਣਾ ਤਾਂ ਮੁਕੰਮਲ ਹੋ ਗਿਆ ਫਿਰ ਇਹ ਕਹਿਣਾ ਚਾਹ ਰਿਹਾ ਦੋ ਚਾਰ ਲਾਈਨਾਂ ਲਿਖ ਲੈਣੇ ਆ ਕਿ ਸਟੇਜ ਤੇ ਕਿਤੇ ਕੰਮ ਆਉਣਗੇ ਜਾਂ ਉਵੇਂ ਵੈਸੇ ਆਪਣੇ ਜਦੋਂ ਹੱਲ ਗਾਉਣ ਨਹੀਂ ਵੀਸ ਲੱਗਿਆ ਜੀ ਤਾਂ ਵੈਸੇ ਇਹ ਬਚਾ ਕੇ ਚਾਹ ਰਿਹਾ ਇਹ ਗੱਲ ਇਹ ਚ ਕੁਝ ਹੋਰ ਲੱਗਦੀ ਹੈ ਲਿਖੀ ਜਾ ਸਕਦੇ ਤੇ ਜਦੋਂ ਗਾਣਾ ਸਟਾਰਟ ਕੀਤਾ ਫਿਰ ਸਟੇਜ ਤੇ ਜਦੋਂ ਇੱਕ ਅਚਾਨਕ ਕਿ ਮੁਹਾਵਰਾ ਬਣ ਗਿਆ ਵੀ ਦੋ ਚਾਰ ਲਾਈਨਾਂ ਬੋਲ ਦੇਣੀਆਂ ਵੀ ਗਾਣਾ ਸ਼ੁਰੂ ਕਰ ਦੇਣਾ ਤੇ ਅੱਜ ਤੱਕ ਮੈਂ ਹਮੇਸ਼ਾ ਕਰੈਕਟਰ ਦੇਣਾ ਹੁੰਦਾ ਮਨੀਸ਼ ਗੋਇਲ ਸਾਹਿਬ ਗੋਇਲ ਕੰਪਨੀ ਬਠਿੰਡਾ ਵਾਲੇ ਅੱਛਾ ਜੀ ਉਹਨਾਂ ਨੇ ਕਿਹ ਅਲਬ ਤੇ ਉਦੋਂ ਇਹ ਟ੍ਰੈਂਡ ਹੁੰਦਾ ਸੀ ਵੀ ਆਰਟਿਸਟ ਨੂੰ ਬੁਲਾ ਕੇ ਵੀ ਸੀਡੀ ਬਣਾਉਣੀ ਹੈ ਵੀਡੀਓ ਸੀ ਜੀ ਸੈਟ ਲਾ ਕੇ ਉੱਥੇ ਲੜਕੇ ਲੜਕੀਆਂ ਦਾ ਗਰੁੱਪ ਆ ਜਾਣਾ ਤਾਂ ਉਹਨਾਂ ਨੇ ਨੱਚਣਾ ਵਗੈਰਾ ਡਾਂਸ ਕਰਨਾ ਤੇ ਆਰਟਿਸਟ ਨੇ ਲਿਪਸਿੰਗ ਕਰਕੇ ਕਰ ਦੇਣਾ ਹੂੰ ਤਾਂ ਉਹਨੇ ਕਿਹਾ ਕਹਿੰਦਾ ਵੀ ਭਾਈ ਸਾਹਿਬ ਤੁਹਾਡੇ ਜਿਹੜੀ ਕਰਨੇ ਆਪਾਂ ਨੇ ਇਹ ਇਸ ਤਰ੍ਹਾਂ ਕਰੀ ਵੀ ਲਾਈਵ ਆਪਾਂ ਆਡੀਅੰਸ ਲਿਆਵਾਂਗੇ ਕਰਾਂਗੇ ਤੇ ਤੁਸੀਂ ਲਾਈਵ ਗਾਉਣਾ ਹੂੰ ਤੁਸੀਂ ਖੁੱਲ ਕੇ ਗਾ ਦਿਓ ਤੇ ਅਸੀਂ ਜਿਹੜਿਆ ਰਿਲੀਜ਼ ਤੁਹਾਡੇ ਗਾਣੇ ਕੀਤੇ ਉਹ ਅਸੀਂ ਐਡਿਟ ਕਰਕੇ ਜੀ ਮੈਂ ਕਿਹਾ ਠੀਕ ਆ ਯਾਰ ਬੜਾ ਨਾ ਅੱਛਾ ਲੱਗਿਆ ਤੇ ਉਹ ਜਦੋਂ ਫਿਰ ਹੋਇਆ ਤਾਂ ਮੈਂ ਬੜਾ ਮਨ ਨੂੰ ਲੱਗਿਆ ਵੀ ਹਾਂ ਤਾਂ ਬਿਲਕੁਲ ਸਾਡਾ ਟੇਸਟ ਦਾ ਕੰਮ ਹੈ ਫਿਰ ਅਸੀਂ 2-3 ਘੰਟੇ ਗਾਇਆ ਹੁਣ ਵਾ ਵ ਤੇ ਬਾਕੀ ਚਲੋ ਹੋਰ ਗਾਣੇ ਸੀ ਜਿਹੜੇ ਬਾਕੀ ਕੰਪਨੀ ਚ ਰਿਲੀਜ਼ ਸੀਗੇ ਉਹਨਾਂ ਕੋਲ ਸਿਰਫ 8-9 ਗਾਣੇ ਸੀਗੇ 10 ਤੇ ਉਹਨਾਂ ਨੇ ਉਹਦੇ ਬਾਕੀ ਜਿਹੜੇ ਸ਼ੇ ਪੋਇਟਰੀ ਉਹ ਤਾਂ ਕਿਸੇ ਕੰਪਨੀ ਸੀ ਉਹ ਸਾਰੀ ਉਹਨਾਂ ਨੇ ਇੱਕ ਪਾਸੇ ਜਮਾ ਕਰਤੀ ਉਹਦੇ ਵਿੱਚ ਹੈ ਨਾ ਉਹ ਇੰਨਾ ਹੋਇਆ ਵੀ ਜਿਹੜੇ ਮਤਲਬ ਕਹਿੰਦੇ ਸੀ ਯਾਰ ਵੀ ਹਾਂ ਗੱਲਾਂ ਯਾਰ ਤੇਰੀ ਬਹੁਤ ਸੁਣੀ ਇਹ ਵੀ ਕਿਤੇ ਟੀਪ ਪਚਾਉਣੀ ਚਾਹੀਦੀਆਂ ਤੇ ਉਹ ਬਸ ਅਚਾਨਕ ਉਹਦੇ ਵਿੱਚ ਆ ਗਏ ਉਹ ਬਿਲਕੁਲ ਲੱਗਿਆ ਸਾਨੂੰ ਹੀ ਲੱਗਿਆ ਯਾਰ ਇਹ ਤਾਂ ਬੜਾ ਚੰਗਾ ਰਿਸਪੌਂਸ ਹੈ ਹੈ ਨਾ ਜੀ ਤੇ ਉਹ ਫਿਰ ਬੜਾ ਉਹਨਾਂ ਉਹਨਾਂ ਨਾਲ ਇੱਕ ਲੱਗ ਗਿਆ ਬਈ ਹਾਂ ਯਾਰ ਇਹ ਇੱਕ ਨਵਾਂ ਤਜਰਬਾ ਹੋ ਗਿਆ ਤੇ ਮਾਲਕ ਦੀ ਕਿਰਪਾ ਨਾਲ ਪਸੰਦ ਆ ਗਿਆ ਸਾਰਿਆਂ ਨੂੰ మే ఓదే ਵਿੱਚ ਜਿਹੜਾ ਕੰਟੈਂਟ ਵੀ ਸੀ ਜੀ ਮਤਲਬ ਯਕੀਨਨ ਜਿਹੜਾ ਉਹ ਵਾਲਾ ਉਹਨਾਂ ਦਿਨਾਂ ਵਿੱਚ ਦੱਸਦੇ ਮੈਂ ਚਾਹੁੰਦੀ ਸੀ ਕਿ ਨਹੀਂ ਹੋਰ ਵੀ ਬਹੁਤ ਸਾਰੇ ਉਹਦੇ ਵਿੱਚ ਸ਼ੇਅਰ ਨੇ ਜੀ ਵਾਜੀ ਬਿਲਕੁਲ ਬਿਲਕੁਲ ਉਹ ਚੀਜ਼ਾਂ ਅਪੀਲ ਕਰ ਗਈਆਂ ਜਾਂ ਰਿਲੇਟ ਕਰ ਗਈਆਂ ਗੱਲ ਉਹਨਾਂ ਦੀ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਦੇਖੋ ਕਈ ਨਾ ਜਜ਼ਬਾਤ ਅਜਿਹੇ ਹੁੰਦੇ ਨੇ ਜੀ ਬਹੁਤ ਸਾਰੇ ਲੋਕ ਉਹਨਾਂ ਨੂੰ ਮਹਿਸੂਸ ਤਾਂ ਕਰਦੇ ਨੇ ਉਹਨਾਂ ਨੂੰ ਜ਼ਾਹਰ ਕਰਨਾ ਨਹੀਂ ਆਉਂਦਾ ਬਿਲਕੁਲ ਬਿਲਕੁਲ ਤੁਸੀਂ ਉਹਨਾਂ ਜਜ਼ਬਾਤ ਨੂੰ ਜ਼ੁਬਾਨ ਦੇ ਦਿੱਤੀ ਆਪਣੇ ਗੀ타 ਰਾਹੀਂ ਤੇ ਦਿੱਤੀ ਸੋ ਦਿੱਤੀ ਸੀ ਪਰ ਨਾਲ ਹੀ ਜਿਹੜੀ ਉਹ ਸ਼ੇਰੋ ਸ਼ਾਇਰੀ ਆ ਦੇ ਵੀ ਲਾਈਵ ਬਾਈ ਜੀ ਜੀ ਉਦੇ ਨਾਲ ਵੱਖੋ ਵੱਖਰੇ ਲੈਵਲ ਤੇ ਬਹੁਤ ਸਾਰੇ ਲੋਕ ਰਿਲੇਟ ਕਰਦੇ ਨੇ ਵੀ ਹੁਣ ਸਾਨੂੰ ਨਹੀਂ ਬੁਲਾਉਂਦੇ ਜਦੋਂ ਦੇ ਸਟਾਰ ਹੋ ਗਏ ਹੋਰ ਵੀ ਬਹੁਤ ਸਾਰੇ ਅਜਿਹੇ ਸ਼ੇਅਰ ਨੇ ਕੋਈ ਵੀ ਇੱਕ ਸ਼ੇਅਰ ਜਿਹੜਾ ਤੁਹਾਡਾ ਜੋ ਤੁਸੀਂ ਸੁਣਾਉਣਾ ਚਾਹੁੰਦੇ ਹੋ ਸਾਰੇ ਹੀ ਵਧੀਆ ਨੇ ਬਿਲਕੁਲ ਇੱਕ ਮੰਨ ਗੱਲ ਆ ਯਾਦ ਆਈ ਨਹੀਂ ਜਿਹੜਾ ਵੀ ਮਨ ਚ ਹੁੰਦਾ ਪਰ ਉਹਨੂੰ ਬਿਆਨ ਨਹੀਂ ਬੰਦਾ ਕਰ ਸਕਦਾ ਸਾਡੀ ਇੱਕ ਨਜ਼ਮ ਵੀ ਐਸ਼ਰ ਲਾਈਫ ਫੋਰਸ ਸੀਗੀ ਲੋਕ ਕਈ ਐਸੇ ਮਿਲਦੇ ਨੇ ਜਿਨ੍ਹਾਂ ਦਾ ਹਿਸਾਬ ਨਹੀਂ ਆਉਂਦਾ ਹਮ ਸਵਾਲ ਕਈ ਐਸੇ ਮਿਲਦੇ ਨੇ ਜਿਨ੍ਹਾਂ ਦਾ ਜਵਾਬ ਨਹੀਂ ਆਉਂਦਾ ਹਮ ਕੁਝ ਸਵਾਲ ਨੇ ਐਸੇ ਜੋ ਪਰੇਸ਼ਾਨ ਕਰਦੇ ਨੇ ਹਮ ਖਿਆਲ ਕਈ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਸ਼ਬਦ ਨਹੀਂ ਮਿਲਦੇ ਖਿਆਲ ਕਈ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਸ਼ਬਦ ਨਹੀਂ ਮਿਲਦੇ ਰਿਸ਼ਤੇ ਕਈ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਨਾਮ ਨਹੀਂ ਮਿਲਦਾ ਕੀ ਬਾਤ ਹੈ ਜਾਮ ਕਈ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਹੋਠ ਨਹੀਂ ਮਿਲਦੇ ਹੋਠ ਕਈ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਜਾਮ ਨਹੀਂ ਮਿਲਦਾ ਹੂੰ ਜਿਹਦੀ ਆਵਾਜ਼ ਨੂੰ ਤਰਸਾਂ ਜਿਹਦੀ ਆਵਾਜ਼ ਨੂੰ ਤਰਸਾਂ ਉਹ ਸਦਾ ਕਿਉਂ ਨਹੀਂ ਦਿੰਦਾ ਮੈਂ ਮੁਜਰਮ ਸਾਬਤ ਹੋ ਚੁੱਕਿਆ ਫਿਰ ਸਜ਼ਾ ਕਿਉਂ ਨਹੀਂ ਦਿੰਦਾ ਕੀ ਬਾਤ ਹੈ ਕੁਝ ਸਵਾਲ ਨੇ ਐਸੇ ਜੋ ਪਰੇਸ਼ਾਨ ਕਰਦੇ ਨੇ ਕਿ ਸਰ ਬੋਲ ਸੀਗਾ ਕਿ ਜਿਨ੍ਹਾਂ ਦੇ ਸਿਰਫ ਪੁੱਤ ਨੇ ਗੱਲਾਂ ਕਿਉਂ ਕਰਾਰੀਆਂ ਆਖਣ ਜਿਹਰਾਂ ਦੇ ਸਿਰਫ ਧੀਆ ਉਹਨਾਂ ਨੂੰ ਵਿਚਾਰੀਆਂ ਆਖਣ ਨਿੱਕੀ ਜਿਹੀ ਫਜ਼ੂਲ ਗੱਲ ਨੂੰ ਦਿਲ ਚੋਂ ਨਹੀਂ ਕੱਢਦੀ ਔਰਤ ਔਰਤ ਦੇ ਨਾਲ ਵੈਰ ਕਰਨਾ ਕਿਉਂ ਨਹੀਂ ਛੱਡਦੀ ਕੁਝ ਸਵਾਲ ਨੇ ਐਸੇ ਜੋ ਪਰੇਸ਼ਾਨ ਕਰਦੇ ਨੇ ਇਹ ਜਿਹੜੀਆਂ ਤੁਹਾਡੀਆਂ ਸੋਸ਼ਲ ਆਬਜ਼ਰਵੇਸ਼ਨਸ ਨੇ ਜੀ ਕਿਤੇ ਜਦੋਂ ਤੱਕ ਤੁਸੀਂ ਇਹਨਾਂ ਚੀਜ਼ਾਂ ਨੂੰ ਆਬਜ਼ਰਵ ਕਰਕੇ ਪ੍ਰੋਸੈਸ ਨਹੀਂ ਕਰਦੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਇਦਨੇ ਹੀ ਖੂਬਸੂਰਤ ਲਫ਼ਜ਼ਾਂ ਦੇ ਵਿੱਚ ਪੇਰੋਣਾ ਕਮਾਲ ਹੈ ਜੀ ਭਾਜੀ ਇਹ ਕਿਸੇ ਨੂੰ ਸੀਗਾ ਕਿਸੇ ਨੂੰ ਕਰਦਾ ਵੇ ਇੱਕ ਤਰੱਕੀ ਕਿਸੇ ਨੂੰ ਸਾੜਾ ਕਿਉਂ ਹੁੰਦਾ ਜੋ ਮੂੰਹ ਤੇ ਚੰਗਾ ਹੁੰਦਾ ਹੈ ਉਹ ਪਿੱਠ ਤੇ ਮਾੜਾ ਕਿਉਂ ਹੁੰਦਾ ਜੋ ਪਹਿਲਾਂ ਫੁੱਲ ਦਿਸਦੇ ਨੇ ਜੋ ਪਹਿਲਾਂ ਫੁੱਲ ਦਿਸਦੇ ਨੇ ਉਹ ਛੇਤੀ ਖਾਰ ਕਿਉਂ ਬਣਦੇ ਜਿਨ੍ਹਾਂ ਨੇ ਦੋਸਤ ਬਣਨਾ ਹੈ ਪਹਿਲਾਂ ਯਾਰ ਕਿਉਂ ਬਣਦੇ ਉਹ ਕੀ ਬਾਤ ਹੈ ਕੁਝ ਸਵਾਲ ਨੇ ਐਸੇ ਜੋ ਪਰੇਸ਼ਾਨ ਕਰਦੇ ਜੀ ਦੇਵੀ ਮਕਸਦ ਸੀ ਕਿ ਕਿਉਂਕਿ ਮੈਨੂੰ ਹੁਣ ਯਾਦ ਕਰਾਂ ਮੈਂ ਕਦੇ ਬੋਲੀ ਨਹੀਂ ਬਹੁਤ ਸਾਲ ਹੋ ਗਿਆ ਗਾਈ ਨਹੀਂ ਕਦੇ ਵੀ ਕਿ ਪੈਸੇ ਵਾਲਿਆਂ ਵਿੱਚੋਂ ਹੰਕਾਰ ਨਿਕਲਦਾ ਹੀ ਨਹੀਂ ਪੈਸੇ ਵਾਲਿਆਂ ਵਿੱਚੋਂ ਹੰਕਾਰ ਨਿਕਲਦਾ ਹੀ ਨਹੀਂ ਗਰੀਬਾਂ ਦੇ ਦਿਲਾਂ ਵਿੱਚੋਂ ਪਿਆਰ ਨਿਕਲਦਾ ਹੀ ਨਹੀਂ। ਕੀ ਬਾਤ ਹੈ। ਮੁੱਦਤ ਨਾਲ ਰਹਿ ਕੇ ਵੀ ਮੁੱਦਤ ਨਾਲ ਰਹਿ ਕੇ ਵੀ ਆਦਤ ਕਿਉਂ ਨਹੀਂ ਮਿਲਦੀ? ਹੂੰ। ਦੇਵੀ ਉਮਰ ਲੰਘ ਜਾਂਦੀ ਮੁਹੱਬਤ ਕਿਉਂ ਨਹੀਂ ਮਿਲਦੀ? ਕੁਝ ਸਵਾਲ ਨੇ ਐਸੇ ਜੋ ਪਰੇਸ਼ਾਨ ਕਰਦੇ। ਕੀ ਬਾਤ ਹੈ ਜੀ? ਕੀ ਬਾਤ ਹੈ? ਸੋ ਇਹੀ ਜਿਹੜੀਆਂ ਗੱਲਾਂ ਨੇ ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਬਹੁਤ ਸਾਰੇ ਸਵਾਲ ਆਪਣੇ ਹਾਲਾਤ ਮੁਤਾਬਕ ਹੁੰਦੇ ਨੇ ਜਿਹੜਾ ਨੂੰ ਪਰੇਸ਼ਾਨ ਕਰਦੇ ਨੇ ਪਰ ਉਹਨਾਂ ਨੂੰ ਲਫ਼ਜ਼ਾਂ ਦੇ ਰਹਿ ਉਹਨਾਂ ਦੇ ਤਰਜਮਾ ਨਹੀਂ ਹੋ ਸਕਦਾ। ਬਸ ਉਹ ਫੋਰਮਿਕ ਆ ਗਿਆ ਭੀ ਇਸ ਤਰ੍ਹਾਂ ਦਾ ਹਨਾ ਬਸ ਉਹ ਰਾਦੀ ਮਿਲਦੀਆਂ ਗੱਲਾਂ ਲਿਖੀਆਂ ਜਾਂਦੀਆਂ। ਜੀ। ਦੇਵੀਪਾਲੀ ਤੁਹਾਡੇ ਪ੍ਰਸ਼ੰਸਕਾਂ ਦੇ ਮੈਸੇਜ ਆ ਰਹੇ ਨੇ WhatsApp ਤੇ ਕਈ ਦੱਸ ਰਹੇ ਨੇ ਕਹਿੰਦੇ ਵੀ ਸਾਡਾ ਮੋਗੇ ਲਾਗੇ ਕਾਲਜ ਸੀ ਗਗੜੇ ਦੇ ਵਿੱਚ ਗਗੜਾ ਕਹਿੰਦੇ ਉੱਥੇ ਦੇਵੀ ਲਾਈਵ ਅਸੀਂ ਵੇਖਿਆ ਸੀ ਉੱਥੇ ਸ਼ੂਟ ਵੀ ਹੋਇਆ ਸੀ ਦੇਵੀ ਲਾਈਵ 3 4 5 ਵਿਚਾਰ ਉੱਥੇ ਸ਼ੂਟ ਹੋਈਆਂ ਜੀ ਡਾਕਟਰ ਜੇਐਸ ਧਾਰੀਵਾਲ ਸਾਹਿਬ ਜੀ ਅਨਲਕਲੀ ਪਿਛਲੇ ਸਾਲ ਚੜ੍ਹਾਈ ਕਰ ਗਏ ਬੜੇ ਪਿਆਰੇ ਇਨਸਾਨ ਸੀ ਉਹਨਾਂ ਦੇ ਆਪਣੇ ਕਾਲਜ ਸੀ ਉਹਨਾਂ ਦਾ ਆਪਣੀ ਜਦੀ ਜ਼ਮੀਨ 'ਚ ਬਣਾਇਆ ਹੋਇਆ ਤੇ ਉਹ ਬੜਾ ਸਾਡਾ ਸਪੋਰਟ ਕਰਦੇ ਸੀ ਮਤਲਬ ਬਹੁਤ ਸਾਨੂੰ ਸਾਰੀ ਉਹਨੀ ਮੁਹੱਈਆ ਕਰਾਉਣੀ ਸਾਰੀਆਂ ਸਹੂਲਤਾਂ ਜੀ ਤੇ ਇਸ ਕਰਕੇ ਉਹ ਬੜਾ ਸਾਨੂੰ ਆਪਣੇ ਘਰ ਆਉਂਗਾ ਲੱਗਦਾ ਹਮੇਸ਼ਾ ਇੱਕ ਹੋਰ ਸੁਨੇਹਾ ਆਇਆ ਜੀ ਕਹਿੰਦੇ ਮੈਂ ਕਹਿੰਦੇ 8ਵੀਂ ਜਮਾਤ ਤੋਂ ਕਹਿੰਦੇ ਮੈਂ ਉਦੋਂ ਤੋਂ ਦੇਵੀ ਭਾਈ ਦੇ ਗੀਤ ਸੁਣਦਾ ਆ ਰਿਆਂ ਜੀ ਕਹਿੰਦੇ ਈਵਨ ਜਦੋਂ ਮੈਂ ਕਾਲਜ ਹੋਸਟਲ ਰਹਿੰਦਾ ਸੀ ਜਦੋਂ ਉੱਥੇ ਵੀ ਸਾਰਿਆਂ ਨੂੰ ਪਤਾ ਵੀ ਮੈਂ ਹਰ ਰੋਜ਼ ਰਾਤ ਨੂੰ ਸ਼ਾਮ ਨੂੰ ਦੇਵੀ ਭਾਈ ਦੇ ਗੀਤ ਲਗਾ ਲੈਣੇ ਕਹਿੰਦੇ ਮੇਰਾ ਫੇਵਰਿਟ Song ਸੀ ਵੀ ਹੁਣ ਆਪਣੀ ਮਹਿਬੂਬ ਨੂੰ ਮੈਂ ਮਿਲਣਾ ਨਹੀਂ ਚਾਹੁੰਦਾ ਕੀ ਬਾਤ ਇਹਨੇ ਵੀ ਜਿਹੜਾ ਤੁਹਾਡਾ ਇਹ ਵਾਲਾ ਗੀਤ ਰਿਆ ਜੀ ਜੀ ਯਾ ਦਿਲ ਮੇਰਾ ਕਿੰਨਾ ਕਮਲਾ ਹਲੇ ਵੀ ਉੱਥੇ ਜਾਣਾ ਉਹ ਜਿਹੜੇ ਮੁਲਕ ਵਿਆਹ ਜੀ ਜੀ ਇਸਨੇ ਵੀ ਬਹੁਤ ਸਾਰੇ ਲੋਕਾਂ ਦੇ ਜਿਹੜੇ ਇੱਕੋ ਹੀ ਇੱਕ ਉਹ ਦਫਨ ਹੋਏ ਜਜ਼ਬਾਤ ਹੁੰਦੇ ਨੇ ਨਾ ਉਹਨਾਂ ਨੂੰ ਜਾ ਕੇ ਟਟੋਲਦਾ ਹਾਂ ਬਿਲਕੁਲ ਬਿਲਕੁਲ ਉਹ ਚੰਝੋੜਿਆ ਜਾਂਦਾ ਹੁੰਦਾ ਜੇ ਭੁੱਲੀ ਵਿਸਰੀ ਗੱਲ ਯਾਦ ਆ ਜਾਂਦੀ ਕੁਛ ਨਾ ਤੇ ਆਈ ਥਿੰਕ ਉਹ ਚੀਜ਼ ਹੁੰਦੀ ਹੈ ਅੱਜ ਸਰ ਪੋਇਟਰੀ ਨਾਲ ਅਕਸਰ ਇਦਾਂ ਹੁੰਦਾ ਹੈ ਜਦੋਂ ਕੋਈ ਕਲਾਮ ਆਪਾਂ ਜਿਹੜੀ ਕਵਿਤਾ ਉ ਤਾਂ ਵੈਸੇ ਲਿਟਰੇਚਰ ਦਾ ਕੋਈ ਵੀ ਰੂਪ ਹੈ ਆਪ ਕੋ ਕਹਾਣੀ ਪੜਦੇ ਆ ਬੰਦੇ ਲੱਗਦਾ ਬਯਾਰਾ ਆਹ ਘਟਨਾ ਤਾਂ ਮੇਰੀ ਨਾ ਵੀ ਜ਼ਿੰਦਗੀ ਚ ਅਮਰਤਾ ਪ੍ਰੀਤਮ ਜੀ ਨੇ ਇੱਕ ਵਾਰ ਲਿਖਿਆ ਸੀ ਨਾ ਨਾਗਮਣੀ ਚ ਕਹਿੰਦੇ ਮੈਨੂੰ ਇੱਕ ਪਾਠਕ ਦੀ ਚਿੱਠੀ ਆਈ ਕਿ ਇੱਕ ਉਹ ਕਿਸੇ ਕਹਾਣੀ ਦਾ ਨਾਮ ਲਿਆ ਕਹਿੰਦੀ ਮੈਂ ਤਾਂ ਜ਼ਿੰਦਗੀ ਤੁਹਾਨੂੰ ਕਦੇ ਵੀ ਨਹੀਂ ਮਿਲੀ ਤੁਹਾਨੂੰ ਮੇਰੀ ਕਹਾਣੀ ਕਿਹਨੇ ਦੱਸਦੀ ਓਹੋ ਹੋ ਕੀ ਬਾਕੀ ਕਿੰਨੀ ਵੱਡੀ ਗੱਲ ਕਹਿੰਦੀ ਤਾਂ ਹੂ ਬੂ ਮੇਰੀ ਕਹਾਣੀ ਜ਼ਿੰਦਗੀ ਦੀ ਤੁਸੀ ਕਹਾਣੀ ਲਿਖਦੇ ਜੀ ਉਹ ਵੀ ਜ਼ਿੰਦਗੀ ਨਾ ਜਿਹੜੀਆਂ ਵਿਵਸਥਾ ਘਟਨਾਵਾਂ ਹੁੰਦੀਆਂ ਜਿਸ ਤਰ੍ਹਾਂ ਜ਼ਿੰਦਗੀ ਬੀਤਦੀ ਆ ਉਹਦਾ ਹੀ ਜ਼ਿਕਰ ਹੁੰਦਾ ਸਾਹਿਤ ਵਿੱਚ ਹਨਾ ਤੇ ਉਹ ਫਿਰ ਅਕਸਰ ਤਾਂ ਕਿਸੇ ਨਾ ਕਿਸੇ ਨਾਲ ਜੁੜ ਨਹੀਂ ਹਨਾ ਜੀ 1922 ਦਾ ਫਰਕ ਨਾ ਜ਼ਿੰਦਗੀ ਦੇ ਘਟਨਾਵਾਂ ਦਾ ਇੱਕੋ ਜਿਹੇ ਹੁੰਦੇ ਆ ਲੋਕਾਂ ਨੂੰ ਅਬਜ਼ਰਵ ਕਰਦੇ ਹੋ ਤੁਸੀਂ ਕਾਫੀ ਜੀ ਇਹ ਜ਼ਰੂਰੀ ਆ ਮੇਰੇ ਸਾਬ ਨਾਲ ਮੈਂ ਹਮੇਸ਼ਾ ਸੋਚਦਾ ਮੈਂ ਇੱਕ ਐਕਟਰ ਲਈ ਹ ਤੇ ਉਹ ਕੋਈ ਬੰਦਾ ਹੁੰਦਾ ਪਏ ਦੇਖ ਰਹਾ ਸ਼ਾ ਡਾਕਟਰ ਹੈ ਜਾਂ ਆ ਬੰਦਾ ਕੋਈ ਵਕੀਲ ਹੈ ਕੋਈ ਪੁਲਿਸ ਅਫਸਰ ਹੈ ਇਹ ਕਿਦਾਂ ਇਹਦੀ ਬੋਡੀ ਲੈਂਗੁਏਜ ਹੈ ਤੇ ਜਦੋਂ ਉਹਨੇ ਕਿਹੜਾ ਕੈਰੇਕਟਰ ਕਰਨਾ ਉਹ ਹੁੰਦਾ ਨਾ ਤੇ ਲਿਖਣ ਚ ਵੀ ਮੈਂ ਸਮਝਦਾ ਇਹ ਹੀ ਆ ਜਦੋਂ ਆਪਾਂ ਕਿਤੇ ਵਿਚਰਦੇ ਹਾਂ ਰਿਸ਼ਤਿਆਂ ਵਿਚ ਵਿਚਰਦੇ ਹਾਂ ਗੱਲਾਂ ਬਾਤਾਂ ਸੁਣਦੇ ਹਾਂ ਕੋਈ ਨਾ ਕੋਈ ਹੈ ਨਾ ਤੇ ਸਾਨੂੰ ਲੱਗਦਾ ਯਾਰ ਹਾਂ ਇਸ ਤਰ੍ਹਾਂ ਇਸ ਤਰ੍ਹਾਂ ਉਹ ਕਿਤੇ ਨਾ ਕਿਤੇ ਆਪ ਹੀ ਅਚੇਤ ਮਨ ਚ ਜਮਾ ਹੁੰਦੇ ਰਹਿੰਦੇ ਆ ਇੱਕ ਤਾਂ ਤੁਸੀਂ ਹਾ ਭਾਅ ਨੋਟ ਕਰਨੇ ਚਲੋ ਉਹ ਤੇ ਹੈਗਾ ਐਕਟਰਸ ਵਾਸਤੇ ਉਹਨੇ ਉਸ ਤਰ੍ਹਾਂ ਦੇ ਹੀ ਹਾ ਭਾਅ ਕਾਪੀ ਕਰਕੇ ਜਾਂ ਉਹਦਾ ਦੇ ਤੁਸੀਂ ਕੈਮਰੇ ਤੇ ਐ ਸਟੇਜ ਤੇ ਪੇਸ਼ਕਾਰੀ ਕਰ ਦੇਣੀ ਗੀਤਕਾਰ ਵਾਸਤੇ ਤੇ ਆਬਜ਼ਰਵੇਸ਼ਨ ਹੋਰ ਔਖੀ ਹੈ ਤੁਸੀਂ ਤੇ ਵਿਚਾਰਾਂ ਤੱਕ ਜਾਂਦੇ ਹੋ ਨਾ ਜਿਵੇਂ ਤੁਹਾਡੀ ਲੇਖਣੀ ਆ ਉਹ ਸਿੱਧੀ ਸਿੱਧੀ ਵਿਚਾਰਾਂ ਦੇ ਨਾਲ ਉਹਦਾ ਤਾਲਮੇਲ ਬੈਂਦਾ ਸੋ ਉਹ ਪ੍ਰੋਸੈਸ ਕੀ ਹੈ ਜੀ ਇਹ ਇਹਦਾ ਮਤਲਬ ਇੱਕ ਜਿਵੇਂ ਆਪਾਂ ਗੱਲ ਸ਼ੁਰੂ ਕੀਤੀ ਸੀ ਚੰਗਾ ਪੜਨ ਦਾ ਮੈਂ ਹਮੇਸ਼ਾ ਜਣੀ ਮੈਂ ਇਹ ਜਣੀ ਮੈਨੂੰ ਫਾਰਮੂਲਾ ਪਤਾ ਨਹੀਂ ਕਿਸੇ ਹੋਰ ਸੱਜਣ ਦੇ ਫਾਰਮੂਲਾ ਨਾ ਲੱਗੂ ਹੋਵੇ ਪਰ ਮੈਨੂੰ ਹਮੇਸ਼ਾ ਜੋ ਚੰਗੇ ਫਿਕਰੇ ਮੇਰੇ ਅੰਦਰ ਇੰਨਾ ਬਸ ਜਾਂਦੇ ਹਨ ਜਿਵੇਂ ਸੰਸਿਕ ਕੰਵਲ ਸਾਹਿਬ ਦੇ ਸਰ ਗੁਰਦਿਆਲ ਸਿੰਘ ਉਹਦੇ ਨਾਮ ਰਾਮ ਸਰੂਪਾਂਖਿ ਉਹਨੇ ਕਹਾਣੀਆਂ ਗੁਰਬਚਨ ਭੁੱਲਰ ਸਾਹਿਬ ਦੇ ਕਲ ਗਾਰਗੀ ਉਹਨਾਂ ਦੇ ਦਵਿੰਦਰ ਸਤਿਆਰਥੀ ਮੈਨੂੰ ਉਹਨੂੰ ਦੱਸਦਾ ਇੱਕ ਵਾਰੀ ਉਹਨਾਂ ਨੇ ਲਿਖਿਆ ਸੀਗਾ ਗੁਰਬਚਨ ਭੁੱਲਰ ਸਾਹਿਬ ਨੇ ਅਰਲੀ ਜਿਹੜੋ ਉਹ ਆ ਰਾਮਸਰੂਪਨ ਕੀਤਾ ਉਹ ਸਮਕਾਲੀ ਸੀਗੇ ਜੀ ਉਹ ਇਹ ਦੱਸਿਆ ਕਹਿੰਦਾ ਵੀ ਯਾਰ ਕਿਤੇ ਰਿਸ਼ਤਾ ਸੀਗਾ ਕੋਈ ਕਿਸੇ ਤਰ੍ਹਾਂ ਸਾਂਹ ਸੀ ਬੜੇ ਸਾਲਾਂ ਬਾਅਦ ਇੱਕ ਸ਼ਹਿਰ ਕਿਤੇ ਗਿਆ ਉਹਨੂੰ ਸਬਬ ਨਾਲ ਉਹ ਲੜਕੀ ਬਾਜ਼ਾਰ ਚ ਮਿਲ ਗਈ ਉੱਥੋਂ ਕਹਿੰਦਾ ਉਹਨੂੰ 10 ਪੈਸੇ ਦਾ ਪੋਸਟਕਾਰਡ ਲੈ ਕੇ ਹੂੰ ਉਦੋਂ ਚ ਉੱਥੇ ਸਿਰਫ ਦੋ ਹਰਫ ਲਿਖੇ ਲਾਈਨਾਂ ਕਹਿੰਦਾ ਭੁੱਲਰ ਹੁਣ ਇਹਨੂੰ ਬਾਜ਼ਾਰ ਚ ਦੇਖਿਆ ਮੇਰਾ ਜੀ ਕਰਦਾ ਆਪਣੀ ਅੱਖਾਂ ਕੱਢ ਕੇ ਤੈਨੂੰ ਭੇਜ ਦਿਆਂ ਓਹ ਹੋਏ ਮੇਰੇ ਵਿੱਚ ਦੀ ਨਿਕਲਿਆ ਪਿਆ ਫਿਕਰਾ ਹਾਂ 30 ਸਾਲ ਪਹਿਲਾਂ ਪੜਿਆ ਹੋਣਾ ਕਿਤੇ ਜੀ ਮਤਲਬ ਇਹ ਇਹ ਚੀਜ਼ਾਂ ਤੁਹਾਨੂੰ ਮੈਨੂੰ ਲੱਗਦਾ ਮੋਟੀਵੇਟ ਕਰਦੀਆਂ ਬ ਯਾਰ ਉਹ ਤੁਸੀਂ ਉਸ ਤਰ੍ਹਾਂ ਸੁਣਦੇ ਸ਼ਾਇਦ ਮਹਿਸੂਸ ਕਰਦੇ ਆ ਬ ਯਾਰ ਇਹ ਆਹ ਗੱਲ ਬੰਦਾ ਕਿਦਾਂ ਲੱਗ ਸਕਦਾ ਹਮ ਹੈਨਾ ਦੇਵੀ ਭਾਜੀ ਇੰਨਾ ਲੰਮਾ ਤੇ ਇੰਨਾ ਐਸਟੈਬਲਿਸ਼ਡ ਕੈਰੀਅਰ ਉਹਦੇ ਨਾਲ ਇਹਨੇ ਲੱਖਾਂ ਦੀ ਗਿਣਤੀ ਤੁਹਾਡੇ ਪ੍ਰਸ਼ੰਸਕ ਨੇ ਦੁਨੀਆ ਭਰ ਦੇ ਵਿੱਚ ਪੰਜਾਬੀ ਪਰ ਜਿਹੜੀ ਤੁਸੀਂ ਇਹ ਸਾਦਗੀ ਮੇਨਟੇਨ ਕਰਕੇ ਰੱਖੀ ਹੈ ਨਾ ਜਿਹੜਾ ਇੱਕ ਤੁਹਾਡੇ ਵਿੱਚੋਂ ਨਾ ਇੱਕ ਜਿਹੜਾ ਇੱਕ ਅਨਐਜ਼ਿਊਮਿੰਗ ਜਿਹਾ ਇੱਕ ਵਿਅਕਤੀ ਤੇ ਉਹਦੀ ਉਹਦੀ ਬਹੁਤ ਇੱਕ ਅਜੀਹੀ ਝਲਕ ਪੈਂਦੀ ਆ ਜਿਵੇਂ ਇੱਕ ਇਕ ਬੱਚੇ ਦੇ ਵਿੱਚ ਉਹ ਨਹੀਂ ਹੁੰਦਾ ਉਤਸ਼ਾਹ ਹੁੰਦਾ ਮੈਂ ਜਦੋਂ ਵੀ ਤੁਹਾਨੂੰ ਮਿਲਦਾ ਮੈਨੂੰ ਉਸ ਤਰ੍ਹਾਂ ਦੀ ਤੁਹਾਡੇ ਤੋਂ ਇੱਕ ਵਾਈਬ ਆਉਂਦੀ ਆ ਜਿਹੜੀ ਕਿ ਬਹੁਤ ਹੀ ਆਰਗੇਨਿਕ ਤੇ ਬੜੀ ਸਕੂਨ ਦੇਣ ਵਾਲੀ ਵਾਈਬ ਹੈ ਸੋ ਬਹੁਤ ਧੰਨਵਾਦ ਕਿਉਂਕਿ ਇਹ ਅੱਜ ਕੱਲ ਦੀ ਜਨਰੇਸ਼ਨ ਵਾਸਤੇ ਇਹ ਇਨਸਪੀਰੇਸ਼ਨ ਬੜੀ ਜ਼ਰੂਰੀ ਆ ਕਿ ਤੁਸੀਂ ਦੁਨੀਆ ਭਰ ਨੂੰ ਭਾਵੇਂ ਘੁੰਮ ਕੇ ਆ ਜਾਓ ਪਰ ਜਿਹੜਾ ਤੁਹਾਡੇ ਆਪਣੇ ਵਿੱਚ ਉਹ ਠਹਿਰਾਵ ਹੈ ਤੁਹਾਡੀ ਆਪਣੀ ਉਹ ਸਾਦਗੀ ਤੇ ਸਿੰਪਲੀਸਿਟੀ ਆ ਉਹ ਨਹੀਂ ਜਾਣੀ ਚਾਹੀਦੀ ਹਾਂ ਭਾਜੀ ਇਹ ਸਿਆਣਿਆਂ ਨੇ ਬਹੁਤ ਵਾਰ ਬਜ਼ੁਰਗਾਂ ਦੇ ਮੂੰਹੋਂ ਸੁਣਿਆ ਜਾਂ ਪਹਿਲਾਂ ਇਹ ਗੱਲਾਂ ਪੜ੍ਹਦੇ ਰਹੇ ਸੁਣਦੇ ਰਹੇ ਪੀੜ ਸਾਦਾਪਣਿਆ ਸਾਦਾ ਸ਼ਬਦ ਹੈ ਜਿਹੜਾ ਹੂੰ ਸਾਦੀ ਜ਼ਿੰਦਗੀ ਸਾਦੇ ਵਿਚਾਰ ਸਾਦੀ ਖੁਰਾਕ ਸਾਦਾ ਪਹਿਰਾਵਾ ਸਾਦਾ ਤਰੀਕੇ ਨਾਲ ਵਿਚਰਨਾ ਵੀ ਇਹ ਚ ਤੁਹਾਨੂੰ ਕੋਈ ਚਲਾਕੀ ਨਹੀਂ ਕਰਨੀ ਪੈਂਦੀ ਤੇ ਕੋਈ ਕਹਿੰਦੇ ਵੀ ਤੁਸੀਂ ਝੂਠ ਬੋਲਣ ਦੀ ਆਤ ਹੈ ਫੇ ਭੁੱਲ ਜਾਣਾ ਇੱਥੇ ਝੂਠ ਕਿਹੜਾ ਬੋਲਿਆ ਉੱਥੇ ਜੇ ਹੋਰ ਨਾ ਬੋਲਦੇ ਹਣਾ ਭਈ ਬਹਾਨਾ ਜਮਾ ਰਹੇ ਹਨ ਤੇ ਜਿਸ ਤਰ੍ਹਾਂ ਦੇ ਜੇ ਤੁਸੀਂ ਐਜ਼ ਇਟ ਇਜ਼ ਜਿਦਾਂ ਦੇ ਹੈਗੇ ਆਂ ਜੇ ਆਪਾਂ ਉਦਾਂ ਦੇ ਪੇਸ਼ ਆਉਣੇ ਆ ਸਾਰੇ ਨਾਲ ਹਨ ਮੈਨੂੰ ਲੱਗਦਾ ਫਿਰ ਤੁਹਾਨੂੰ ਕੋਈ ਫਿਕਰ ਨਹੀਂ ਹੁੰਦਾ ਯਾਰ ਮੈਂ ਇਥੇ ਕੋਈ ਆਪਣਾ ਵਿਅਕਤੀਤਵ ਮੈਲ ਕੋਣਾ ਪਰਸਨਲਿਟੀ ਹੈ ਨਾ ਜਿੱਦਾਂ ਦੇ ਹੈਗੇ ਆ ਆਪਾਂ ਤਾਂ ਇਹ ਇਦਾਂ ਕਦੇ ਹਨ ਜੀ ਦੇਵੀ ਭਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਸਮਾ ਹੁਣ ਆਪਣੇ ਕੋਲ ਆਲਰੇਡੀ ਖਤਮ ਹੋ ਚੱਲੇ ਪਰ ਤੁਹਾਡੀ ਆਵਾਜ਼ ਦੇ ਵਿੱਚ ਕੋਈ ਵੀ ਇੱਕ ਗੀਤ ਮੈਨੂੰ ਲੱਗਦਾ ਜਿਹੜੇ ਵਟਸਐਪ ਤੇ ਮੈਸੇਜ ਆ ਰਹੇ ਨੇ ਸਾਰੇ ਜਾਣੇ ਉਹ ਸੁਣਨਾ ਚਾਹੁੰਦੇ ਨੇ ਕਿ ਇੱਕ ਵਾਰ ਹੈ ਉੱਥੇ ਜਾਣਾ ਮੈਂ ਉਹਦੇ ਤੋਂ ਬਰ ਸੁਣਾਣਾ ਹਾਂ ਹੁਜੇ ਦਿਨ ਨਾਲ ਮੁਹੱਬਤ ਜਿੰਨੀ ਉਹ ਉਹ ਨਈ ਚیتے ਆਵੇ ਇੱਕ ਸੋਹਣੀ ਸੂਰਤ ਵਾਲੀ ਉਹ ਸਾਨੂੰ ਛੱਡ ਕੇ ਹੋ ਗਈ ਰਾਹੀ ਦਿਲ ਮੇਰਾ ਕਿੰਨਾ ਕਮੜਾ ਹਾਲੇ ਵੀ ਆਖੀ ਜਾਂਦਾ ਇੱਕ ਵਾਰ ਹੈ ਉੱਥੇ ਜਾਣਾ ਉਹ ਜਿਹੜੇ ਮੁਲਕ ਵਿਆਹੀ ਇੱਕ ਵਾਰ ਹੈ ਉੱਥੇ ਜਾਣਾ ਉਹ ਜਿਹੜੇ ਮੁਲਕ ਵਿਆਹੀ ਬਹੁਤ ਮਿਹਰਬਾਨੀ ਦੇਵੀ ਭਾਜੀ ਭਾਂਬੜ ਦੀ ਇਸ ਦੁਨੀਆ ਦੇ ਵਿੱਚ ਦੇਵੀ ਮਖਸੂਸਪੂਰੀ ਜੀ ਦਾ ਗੀਤ ਅਜਿਹੇ ਨੇ ਜਿਹੜੇ ਇੱਕ ਦੀਵੇ ਵਾਂਗ ਨੇ ਤੇ ਜਦੋਂ ਤੁਸੀਂ ਚਿੰਤਨ ਕਰਨਾ ਹੁੰਦਾ ਉਦੋਂ ਫਿਰ ਭਾਂਬੜ ਦੀ ਨਹੀਂ ਉਦੋਂ ਦੀਵੇ ਦੀ ਲੋੜ ਹੁੰਦੀ ਹੈ ਕੀ ਬਾਤ ਬਹੁਤ ਮਿਹਰਬਾਨੀ ਥੈਂਕ ਯੂ ਵੈਲ